ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅੱਜ ਦਾ ਜੀ ਸੰਮੇਲਨ ਹੋਇਆ ਆ ਇਹਦੇ ਬਾਰੇ ਜਾਣਕਾਰੀ ਦੱਸੋ ਜੀ ਕੀ ਇਹਦਾ ਮਕਸਦ ਹੈ ਬੇਸਿਕ ਮਕਸਦ ਦਾ ਇੱਕੋ ਇੱਕ ਹੈਗਾ ਕਿ ਜਿੰਨੇ ਵੀ ਮਾਈਨੋਰਟੀਜ਼ ਨੇ ਭਾਰਤ ਵਿੱਚ ਉਹਨਾਂ ਸਾਰੇ ਮਾਈਨੋਰਟੀਜ਼ ਨੂੰ ਇੱਕ ਫੋਰਮ 'ਤੇ ਇਕੱਠਾ ਕਰੀਏ ਅਤੇ ਉਹ ਫੋਰਮ ਸਾਰੇ ਮਾਈਨੋਰਟੀਜ਼ ਲਈ ਸਾਂਝੇ ਤੌਰ 'ਤੇ ਕੰਮ ਕਰੇ ਕਿਉਂਕਿ ਜੇ ਅਸੀਂ ਸਾਰੇ ਇੱਕ ਨਹੀਂ ਹੋਏ ਤਾਂ ਅਸੀਂ ਸਾਰੇ ਤਬਾਹ ਹੋ ਜਾਵਾਂਗੇ। ਇਸ ਵੇਲੇ ਜੋ ਭਾਰਤ ਦਾ ਮਾਹੌਲ ਚੱਲ ਰਿਹਾ ਉਹ ਹਿੰਦੁੱਤਵੀਕਰਨ ਦਾ ਜਿਹੜਾ ਮਾਹੌਲ ਚੱਲ ਰਿਹਾ, ਇੱਕ ਭਾਸ਼ਾ ਇੱਕ ਨੇਸ਼ਨ ਦਾ ਜਿਹੜਾ ਮਾਹੌਲ ਐਲਾਨ ਦਿੱਤਾ ਗਿਆ, ਉਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਕਹਿ ਦਿੱਤਾ ਕਿ ਇੱਕ ਧਰਮ ਅਤੇ ਇੱਕ ਰਾਸ਼ਟਰ ਦਾ ਦੇਸ਼ ਹੋਏਗਾ, ਉਸ ਵਿੱਚ ਸਾਰੇ ਹੀ ਮਾਈਨੋਰਟੀਜ਼ ਲਈ ਖਤਰਾ ਇੱਕ ਸਮਾਨ ਪੈਦਾ ਹੋ ਗਿਆ। ਅਤੇ ਜੇ ਸਾਰੇ ਮਾਈਨੋਰਟੀਜ਼ ਐਸ ਸੀ ਐਸ ਟੀ 83% ਜਿਹੜੀ ਪਾਪੂਲੇਸ਼ਨ ਹੈ ਉਹ ਇੱਕ ਨਾ ਹੋਈ ਤਾਂ 100% ਹੈਗਾ ਕਿ ਉਹਨਾਂ ਦਾ ਵਜੂਦ ਖਤਮ ਕਰ ਦਿੱਤਾ ਜਾਏਗਾ। ਜਿਹੜਾ ਨੈਸ਼ਨਲ ਰਜਿਸਟਰ ਬਣਾਇਆ ਜਾ ਰਿਹਾ ਉਸ ਦੇ ਪਿੱਛੇ ਵੀ ਸਾਜਿਸ਼ ਇਹੀ ਹੈ, ਉਹ ਆਸਾਮ ਤੋਂ ਚਾਹੇ ਸ਼ੁਰੂ ਹੋ ਰਿਹਾ, ਹੁਣ ਉਹਨਾਂ ਨੇ ਕਹਿ ਦਿੱਤਾ ਦਿੱਲੀ 'ਚ ਵੀ ਲਾਗੂ ਹੋਏਗਾ, ਹਰਿਆਣੇ ਨੇ ਕਹਿ ਦਿੱਤਾ ਹਰਿਆਣੇ 'ਚ ਵੀ ਲਾਗੂ ਹੋਏਗਾ, ਹੋਮ ਮਿਨਿਸਟਰ ਨੇ ਕਹਿ ਦਿੱਤਾ ਜੀ ਅਸੀਂ ਜੰਮੂ ਕਸ਼ਮੀਰ 'ਚ ਵੀ ਲਾਗੂ ਕਰਾਂਗੇ, ਅਤੇ ਕੱਲ੍ਹ ਨੂੰ ਜਿਸ ਵੇਲੇ ਉਹ ਕਹਿਣਗੇ ਅਸੀਂ ਪੰਜਾਬ ਵਿੱਚ ਵੀ ਲਾਗੂ ਕਰਾਂਗੇ, ਅਤੇ ਪੰਜਾਬ ਦੀ ਤਾਂ 98% ਪਾਪੂਲੇਸ਼ਨ ਆਈ ਪਾਕਿਸਤਾਨ ਤੋਂ ਆ, ਮਾਈਗ੍ਰੇਟ ਹੋ ਗਏ, ਅਸੀਂ ਪਹਿਲਾਂ ਉੱਥੇ ਸਾਰੀਆਂ ਜ਼ਮੀਨਾਂ ਜਾਇਦਾਦਾਂ ਆਪਣੀਆਂ ਛੱਡ ਕੇ ਆਏ ਹਾਂ, ਫਿਰ ਸਾਨੂੰ ਇੱਥੋਂ ਫਿਰ ਛੱਡਣ ਦੀ ਤਿਆਰੀ ਕਰਵਾਈ ਜਾ ਰਹੀ ਹੈ। ਅਤੇ ਜਿਹੜਾ ਪੰਜਾਬ ਤੋਂ ਬਾਹਰਲਾ ਸਿੱਖ ਸਮਝ ਨਹੀਂ ਰਿਹਾ ਉਹ ਹਾਲੇ ਤੱਕ ਇਸ ਮੂਵਮੈਂਟ ਨਾਲ ਜੁੜ ਨਹੀਂ ਰਿਹਾ ਕਿਉਂਕਿ ਉਹ ਵੀ ਭਾਜਪਾ ਦੇ ਚੰਗੁਲੀ 'ਚ ਹੈ, RSS ਦੇ ਚੰਗੁਲੀ 'ਚ ਹੈ, ਉਹ ਸਮਝ ਨਹੀਂ ਰਿਹਾ ਕਿ ਪੰਜਾਬ ਵਾਲੇ ਤਾਂ ਫਿਰ ਵੀ ਇੱਕ ਹੋ ਕੇ ਹੋ ਸਕਦਾ ਕੋਈ ਫਾਈਟ ਲੈ ਲੈਣ, ਤਾਂ ਪੰਜਾਬ ਤੋਂ ਬਾਹਰਲੇ ਸਿੱਖ ਦਾ ਕੀ ਬਣੇਗਾ ਉਹ ਨੈਸ਼ਨਲ ਰਜਿਸਟਰ ਨਾਲ, ਕਿਉਂਕਿ ਉਹ ਤਾਂ ਸਾਰੇ ਹੀ ਮਾਈਗ੍ਰੇਟਡ ਨੇ, ਅਤੇ ਮਤਲਬ ਉਹ ਸਾਰੇ ਤਬਾਹ ਕਰ ਦਿੱਤੇ ਜਾਣਗੇ। ਇਹ ਇੱਕ ਵਜੂਦ ਦਾ ਖਤਰਾ ਸਾਡੇ ਸਾਹਮਣੇ ਖੜ੍ਹਾ ਹੋ ਗਿਆ, ਇਸ ਵਜੂਦ ਦੇ ਖਤਰੇ ਨੂੰ ਅਸੀਂ ਸਾਂਝੇ ਤੌਰ 'ਤੇ ਹੀ ਮੁਕਾਬਲਾ ਕਰ ਸਕਦੇ ਹਾਂ ਕਿਉਂਕਿ ਦੁਸ਼ਮਣ ਸੱਤਾ ਹੀ 'ਚ ਆ, ਦੁਸ਼ਮਣ ਨੇ ਹਿੰਦੁੱਤਵਾ ਰਾਸ਼ਟਰ ਦਾ ਨਾਰਾ ਵਜਾ ਦਿੱਤਾ, ਦੁਸ਼ਮਣ ਨੇ ਸਾਰਿਆਂ ਨੂੰ ਆਪਣਾ ਦੁਸ਼ਮਣ ਐਲਾਨ ਦਿੱਤਾ, ਅਤੇ ਫਿਰ ਜੇ ਦੁਸ਼ਮਣ ਵੱਲੋਂ ਐਲਾਨੇ ਜਾਣ ਤੋਂ ਬਾਅਦ ਵੀ 83% ਪਾਪੂਲੇਸ਼ਨ ਇਹ ਸੋਚੇ ਕਿ ਅਸੀਂ ਹਲੇ ਇਕੱਠੇ ਨਹੀਂ ਹੋਣਾ, ਤਾਂ ਫਿਰ ਮੈਂ ਕਹਾਂਗਾ ਉਹਨਾਂ ਦੀ ਲੀਡਰਸ਼ਿਪ ਦੀ ਬਹੁਤ ਵੱਡੀ ਮੁਰਾਖਤਾ। ਧੰਨਵਾਦ। ਇਹ ਸਨ ਅਤਿੰਦਰਪਾਲ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ, ਔਰ ਇਹਨਾਂ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਸਾਨੂੰ ਦੱਸਿਆ ਵੀ ਕੀ ਅੱਜ ਸਾਡੇ ਭਾਰਤ ਦੇਸ਼ ਦੇ ਵਿੱਚ ਚੱਲ ਰਿਹਾ। ਸੋ ਸਾਡੇ ਨਾਲ ਇੱਕ ਹੋਰ ਸ਼ਖਸੀਅਤ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਰ, ਇਹ ਜੋ ਅੱਜ ਦਾ ਸੰਮੇਲਨ ਹੋਇਆ ਇਸ ਕੇ ਬਾਰੇ ਮੈਂ ਆਪ ਕਿਆ ਕਹਿਣਾ ਚਾਹਤੇ ਹੈਂ, ਕਿਆ ਹੈ ਇਸ ਸੰਮੇਲਨ ਦਾ ਮਕਸਦ? ਜੀ, ਇਸ ਸੰਮੇਲਨ ਕਾ ਮਕਸਦ ਇਹ ਹੈ ਕਿ ਹਮ ਆਪਣੇ ਇਸ ਦੇਸ਼ ਕੋ ਬਚਾਉਣਾ ਚਾਹਤੇ ਹੈਂ, ਔਰ ਦੇਸ਼ ਕੋ ਬਚਾਨੇ ਕੇ ਲੀਏ ਜ਼ਰੂਰੀ ਹੈ ਕਿ ਹਮ ਇਸ ਦੇਸ਼ ਕੇ ਸੰਵਿਧਾਨ ਕੋ ਬਚਾਏ, ਕਿਉਂਕਿ ਇਸ ਵਕਤ ਜੋ ਹੈ ਦੇਸ਼ ਕੇ ਸੰਵਿਧਾਨ ਕੋ ਖਤਰਾ ਹੈ। ਹਮ ਦੇਖ ਰਹੇ ਹੈ ਕਿ ਹਮਾਰੇ ਦੇਸ਼ ਮੇਂ ਜਬ ਖੁੱਲੇ ਆਮ ਆਪਕੇ ਹਮਾਰੇ ਇਸ ਪਿਆਰੇ ਦੇਸ਼ ਕਾ ਹੋਮ ਮਿਨਿਸਟਰ ਸੰਵਿਧਾਨ ਕੇ ਖਿਲਾਫ ਬਿਆਨ ਦੇ ਰਹਾ ਹੋ, ਅਭੀ ਜੈਸਾ ਕਿ ਉਨਕੇ ਕੋਲਕਾਤਾ ਕਾ ਬਿਆਨ ਹੈ, ਔਰ ਇਸ ਤਰ੍ਹਾਂ ਕੇ ਬਈ ਦੂਸਰੇ ਜੋ ਲੋਕ ਹੈ, ਤੋ ਅਬ ਯਹਾਂ ਸੰਵਿਧਾਨ ਕੋ ਖਤਰਾ ਲਾਹਿਕ ਹੈ। ਇਸਸੇ ਪਹਿਲੇ ਸੰਨ 47 ਮੇਂ ਹਮ ਸਭ ਭਾਈਓ ਨੇ ਮਿਲ ਕਰਕੇ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਜਾਤੀ ਧਰਮ ਕੇ ਲੋਕੋ ਨੇ ਮਿਲ ਕਰਕੇ ਇਸ ਦੇਸ਼ ਕੋ ਆਜ਼ਾਦ ਕਰਾਇਆ ਥਾ। ਆਜ ਇੱਕ ਵਾਰ ਫਿਰ ਜੋ ਹੈ ਇਹ ਦੇਸ਼ ਹਮਸੇ ਆਜ਼ਾਦੀ ਚਾਹ ਮੰਗਤਾ ਹੈ, ਔਰ ਵਹ ਆਜ਼ਾਦੀ ਹੈ ਨਫ਼ਰਤ ਸੇ, ਵਹ ਆਜ਼ਾਦੀ ਹੈ ਕਰਪਸ਼ਨ ਸੇ, ਆਜ ਇਹ ਦੇਸ਼ ਆਜ਼ਾਦੀ ਚਾਹਤਾ ਹੈ ਗੁਰਬਤ ਸੇ, ਇਹ ਦੇਸ਼ ਆਜ਼ਾਦੀ ਚਾਹਤਾ ਹੈ ਨਾਇਨਸਾਫੀ ਸੇ। ਆਜ ਹਮ ਆਪ ਜਿਸ ਰਿਆਸਤ ਜਿਸ ਸਟੇਟ ਮੇਂ ਬੈਠੇ ਹੈ ਝਾਰਖੰਡ ਮੇਂ, ਝਾਰਖੰਡ ਕੇ ਅੰਦਰ 2016 ਸੇ 19 ਜੂਨ 2019 ਤੱਕ, ਯਾਨੀ ਕਿ ਤਬਰੇਜ਼ ਅੰਸਾਰੀ ਕੀ ਮੌਬ ਲਿੰਚਿੰਗ ਤੱਕ 21 ਮੌਬ ਲਿੰਚਿੰਗ ਹੋਈ ਹੈ, ਜਿਸ ਮੇਂ 12 ਮੁਸਲਿਮ ਹੈ ਔਰ 9 ਜੋ ਹੈ ਉਹ ਨਾਨ ਮੁਸਲਿਮ ਹੈ। ਤੋ ਯਹਾਂ ਜੋ ਨਫ਼ਰਤ ਪਨਪ ਰਹੀ ਹੈ, ਨਫ਼ਰਤ ਕੇ ਸ਼ਿਕਾਰ ਕੋਈ ਇੱਕ ਖਾਸ ਕਮਿਊਨਿਟੀ ਨਹੀਂ ਹੈ, ਐਸਾ ਨਹੀਂ ਕਿ ਸਿਰਫ ਮੁਸਲਮਾਨ ਹੀ ਨਫ਼ਰਤ ਕੇ ਸ਼ਿਕਾਰ ਹੋ, ਮੁਸਲਮਾਨ ਹੀ ਮਜ਼ਲੂਮ ਹੋ, ਬਲਕਿ ਮੁਸਲਮਾਨ ਵੀ ਮਜ਼ਲੂਮ ਹੈ, ST ST OBC ਮਾਇਨੋਰਟੀ ਇਹ ਸਭ ਕੇ ਸਭ ਮਜ਼ਲੂਮ ਹੈ। ਤੋ ਇਨ ਤਮਾਮ ਮਜ਼ਲੂਮੋ ਕੋ ਇਨਸਾਫ ਉਸ ਵਕਤ ਤੱਕ ਨਹੀਂ ਮਿਲ ਸਕਤਾ ਜਬ ਤੱਕ ਕਿ ਇਹ ਸਭ ਇੱਕ ਪਲੇਟਫਾਰਮ ਪਰ ਨਹੀਂ ਆ ਜਾਤੇ। ਹਮਾਰੀ ਕੋਸ਼ਿਸ਼ ਇਸ ਪਲੇਟਫਾਰਮ ਸੇ ਯਹੀ ਹੈ ਕਿ ਇਹ ਸਭ ਕੇ ਸਭ ਜੋ ਮਜ਼ਲੂਮ ਹੈ ਉਹ ਸਭ ਇੱਕ ਪਲੇਟਫਾਰਮ ਪਰ ਆ ਜਾਏ। ਆਪ ਦੇਖੀਏ ਕਿ 19 ਜੂਨ 2019 ਤੱਕ, ਯਾਨੀ 3 ਸਾਲੋਂ ਕੇ ਅੰਦਰ ਤਕਰੀਬਨ 21 ਮੌਬ ਲਿੰਚਿੰਗ ਹੋਈ ਹਮਾਰੇ ਇਸ ਸਟੇਟ ਮੇਂ, ਮੈਂ ਪੂਰੇ ਮੁਲਕ ਕੀ ਇਸ ਵਕਤ ਬਾਤ ਨਹੀਂ ਕਰ ਰਹਾ। ਔਰ ਫਿਰ ਉਸਕੇ ਬਾਅਦ ਸੈਪਟੈਂਬਰ ਕੇ ਮਹੀਨੇ ਮੇਂ, ਅਭੀ ਜੋ ਮਹੀਨਾ ਗੁਜ਼ਰਾ ਹੈ, ਸੈਪਟੈਂਬਰ ਮੇਂ
इसी झारखंड के अंदर तकरीबन 3 मॉब लिंचिंग हो चुकी है जिसमें हमारे आदिवासी भाई भी शामिल हैं। इसलिए हम आपके माध्यम से तमाम झारखंड वासियों को, पूरे देशवासियों को ये पैगाम देना चाहते हैं कि वो सब के सब भाई हमारे इस देश को बचाने के लिए, भारत एक चमन है, गुलिस्तान है, इस गुलिस्तान की खूबसूरती को बचाने के लिए हम सारे फूलों को एक गुलदस्ते में सजाना चाहते हैं और ताकि इस चमन की हिफाजत हो। बहुत बहुत धन्यवाद, इन्होंने गलबात की और इन्होंने बहुत ही सोहने तरीके दसिया भी किदा असी लोग इस देश में सोहने तरीके जड़ा सिरजना है। सो बहुत बहुत धन्यवाद। जेकर तुहानू साडा यह उपराला चंगा लगा है तो इसनों लाइक करो, शेयर करो और साडे यूट्यूब चैनल में सबसक्राइब करो।